ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਹੈ ਕਿ ਜਿਹੜੇ ਮਸਲੇ ਪੰਥਕ ਸਿੱਖ ਇਸ਼ੂਜ਼ ਨੇ ਉਹਨਾਂ ਮੁਤਲਕ ਵੱਖ ਵੱਖ ਔਰਗਨਾਈਜੇਸ਼ਨਸ ਜਿਹੜੀਆਂ ਜਮਾਤਾਂ ਹਨ ਉਹ ਕਹਿੰਦੀਆਂ ਹਨ ਕਿ ਇਹ ਵੀ ਗੰਭੀਰ ਵਿਸ਼ੇ ਹਨ ਔਰ ਇਸ ਮੁਤਲਕ ਵੀ ਸੋਚਣ ਦੀ ਜ਼ਰੂਰਤ ਹੈਗੀ ਹੈ, ਔਰ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜਾ ਕੇ ਮਿਲਿਆ ਰਾਜਨਾਥ ਸਿੰਘ ਹੋਰਾਂ ਨੂੰ, ਔਰ ਇਸ ਤੋਂ ਪਹਿਲਾਂ ਵੀ ਕਈ ਵਾਰ ਤਜਵੀਜ਼ ਰੱਖੀ ਜਾ ਚੁੱਕੀ ਹੈ ਕਿ ਜਿਹੜੇ ਮਸਲੇ ਹਨ ਇਸ ਮੁਤਲਕ ਜ਼ਰੂਰ ਸੋਚੇ ਜਾਣ। ਖਾਸ ਤੌਰ 'ਤੇ ਜੇਕਰ ਅਸੀਂ ਗੱਲ ਕਰੀਏ ਤਾਂ ਹਾਲ ਫਿਲਹਾਲ ਦੇ ਵਿੱਚ ਹੁਣ ਸਾਰੇ ਮਸਲਿਆਂ ਨੂੰ ਲੈ ਕੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਵਸਦੀ ਔਰਗਨਾਈਜੇਸ਼ਨਸ ਹੋਣ, ਚਾਹੇ ਉਹ ਭਾਰਤ ਦੇ ਵਿੱਚ ਵਸਦੀ ਸਿੱਖ ਔਰਗਨਾਈਜੇਸ਼ਨਸ ਹੋਣ, ਅਤੇ ਹੁਣ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਸ ਮੁਤਲਕ ਜ਼ਰੂਰ ਸੋਚਣਾ ਚਾਹੁੰਦੇ ਹਾਂ। ਲੇਕਿਨ ਮੈਂ ਦਰਸ਼ਕਾਂ ਨੂੰ ਉਹ ਜ਼ਰੂਰ ਯਾਦ ਦਿਵਾਉਣਾ ਚਾਹੁੰਦਾ ਕਿ ਜਿਹੜੀ ਗੱਲ 2014 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਹ ਤਜਵੀਜ਼ ਰੱਖੀ ਗਈ ਸੀ ਕਿ ਅਸੀਂ ਜਿਵੇਂ ਹੀ ਸਰਕਾਰ ਦੇ ਵਿੱਚ ਆਵਾਂਗੇ ਅਤੇ ਅਸੀਂ ਖਾਸ ਤੌਰ 'ਤੇ ਸਿੱਖਾਂ ਦੀ ਮਸਲੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਤੇ ਜ਼ਰੂਰ ਅਸੀਂ ਪਹਿਰਾ ਦੇਵਾਂਗੇ, ਅਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਬਲੈਕ ਲਿਸਟ ਹੈ, ਕਾਲੀ ਸੂਚੀ, ਉਹਨੂੰ ਵੀ ਖਤਮ ਕਰਾਂਗੇ। ਅਤੇ ਅਸੀਂ ਕਈ ਵਾਰ ਜਿਹੜੇ ਬੁਲਾ ਰਹੇ ਹਾਂ ਉਹਨਾਂ ਨੂੰ ਸਾਹਮਣੇ ਲੈ ਕੇ ਆਏ ਹਾਂ ਤੁਹਾਡੇ, ਉਹਨਾਂ ਨੇ ਕਿਹਾ ਕਿ ਅਸੀਂ ਕਾਲੀ ਸੂਚੀ ਖਤਮ ਕਰ ਚੁੱਕੇ ਹਾਂ, ਲੇਕਿਨ ਫਿਰ ਵੀ ਸਾਹਮਣੇ ਇਹ ਆਉਂਦਾ ਕਿ ਜਦ ਉੱਥੇ ਵਿਦੇਸ਼ਾਂ ਤੋਂ ਜਾ ਕੇ ਜਿਹੜੇ ਸਾਡੇ ਵੱਖ ਵੱਖ ਔਰਗਨਾਈਜੇਸ਼ਨਸ ਦੇ ਜਿਹੜੇ ਡਿਗਨੀਟਰੀਜ਼ ਨੇ ਜਾਂ ਫਿਰ ਅਹੁਦੇਦਾਰ ਨੇ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਬਣਦੀ ਕਾਰਵਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਅਜੇ ਪਹਿਲਾ ਵਾਰ ਨਹੀਂ ਹੈ। ਕਈ ਵਾਰ ਅਸੀਂ ਇਸ ਗੱਲ ਉੱਤੇ ਵੇਖ ਚੁੱਕੇ ਹਾਂ। ਅਤੇ ਅੱਜ ਜਿਨ੍ਹਾਂ ਵਿਸ਼ਿਆਂ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਉਹ ਸਾਰੀ ਸਮਰੀ ਅਸੀਂ ਅੱਜ ਤੁਹਾਡੇ ਸਾਹਮਣੇ ਰੱਖੀਏ ਕਿ ਜਿਹੜੇ ਇਸ਼ੂਜ਼ ਦੇ ਉੱਤੇ ਸਰਕਾਰਾਂ ਨੇ ਪ੍ਰੋਮਿਸ ਕੀਤੇ। ਫੋਰ ਐਗਜ਼ਾਮਪਲ ਅਸੀਂ ਮੋਦੀ ਗਵਰਨਮੈਂਟ ਦੀ ਗੱਲ ਕਰੀਏ ਤਾਂ ਹੁਣ 11 ਸਪਟੰਬਰ ਨੂੰ ਫਾਸਟ ਟਰੈਕ ਕੋਰਟ ਦੀ ਗੱਲ ਕੀਤੀ ਜਾ ਰਹੀ ਹੈ, ਬੰਦੀ ਸਿੰਘ ਜਿਹੜੇ ਉਹਨਾਂ ਨੂੰ ਰਿਹਾਅ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅਤੇ ਤੁਹਾਨੂੰ ਕੀ ਲੱਗਦਾ, ਤੁਸੀਂ ਇਸ ਮੁਤਾਬਕ ਆਪਣੇ ਵਿਚਾਰ ਸਾਡੇ ਨਾਲ ਹਮੇਸ਼ਾ ਸਾਂਝੇ ਕਰਦੇ ਹੋ ਕਿ ਤੁਹਾਨੂੰ ਲੱਗਦਾ ਕਿ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਥਕ ਮਸਲੇ ਨੇ ਉਹ ਸੁਲਝਾਏ ਜਾ ਸਕਦੇ ਹਨ, ਇਸ ਪ੍ਰਤੀ ਸਰਕਾਰ ਗੰਭੀਰ ਹੋ ਰਹੀ ਹੈ, ਜਾਂ ਫਿਰ ਇਹ ਜੁਮਲੇ ਹੀ ਅਸੀਂ ਮੰਨੀਏ ਕਿ ਜਦ ਚੋਣਾਂ ਨਜ਼ਦੀਕ ਆਉਂਦੀਆਂ ਹਨ ਜਾਂ ਫਿਰ ਇਲੈਕਸ਼ਨ ਨਜ਼ਦੀਕ ਆਉਂਦੇ ਹਨ ਤਾਂ ਇਹ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਔਰ ਇਸ ਮੁਤਲਕ ਆਵਾਜ਼ ਜਿਹੜੀ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ। ਮੈਂ ਤੁਹਾਨੂੰ ਅਪਡੇਟ ਇੱਥੇ ਦੇ ਦੇਵਾਂ, ਮਸਲਿਆਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰੀਏ ਤਾਂ ਉਹ ਇਸ਼ੂਜ਼ ਵੀ ਕਿਤੇ ਨਾ ਕਿਤੇ ਕੌਮੀ ਮਸਲੇ ਹਨ ਔਰ ਇਸ ਮੁਤਲਕ ਔਰਗਨਾਈਜੇਸ਼ਨਸ ਜਿਹੜੀਆਂ ਕੰਮ ਕਰ ਰਹੀਆਂ ਹਨ, ਮੈਂ ਕਈ ਔਰਗਨਾਈਜੇਸ਼ਨਸ ਨੇ ਜਿਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਲੇਕਿਨ ਉਹਨਾਂ ਦਾ ਟੀਚਾ ਜੀ ਅਸੀਂ ਇਸ ਪੰਜਾਬ ਦੇ ਮਸਲਿਆਂ ਨੂੰ ਵੀ ਕੇਂਦਰ ਸਰਕਾਰ ਦੇ ਕੋਲ ਰੱਖੀਏ ਔਰ ਉਹਨਾਂ ਇਸ਼ੂਜ਼ ਦੇ ਉੱਤੇ ਵੀ ਕੇਂਦਰ ਸਰਕਾਰ ਜਿਹੜੀ ਹੈ ਆਪਣੇ ਇਨਪੁੱਟਸ ਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਫੈਸਲਾ ਜਿਹੜਾ ਉਹ ਆ ਸਕੇ। ਅਤੇ ਹੁਣ ਅਸੀਂ ਜਦ ਗੱਲ ਕਰਦੇ ਹਾਂ ਇਨ ਇਸ਼ੂਜ਼ ਦੇ ਬਾਰੇ ਤਾਂ ਸਭ ਤੋਂ ਪਹਿਲਾਂ ਸਾਹਮਣੇ ਜਿਹੜੀ ਗੱਲ ਆਉਂਦੀ ਹੈ ਕਿ ਕਈ ਵਾਰ ਅਸੀਂ ਦੇਖਿਆ ਕਿ ਜਿਹੜੇ ਮਿਨੋਰਿਟੀਜ਼ ਨੇ, ਕਿਉਂਕਿ ਮੀਡੀਆ ਰਿਪੋਰਟਸ ਦੱਸਦੀਆਂ ਹਨ ਔਰ ਇਹ ਵੀ ਦੱਸਿਆ ਜਾਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2019 ਦਾ ਹਿੰਦੂ ਏਜੰਡਾ ਹੈ, ਇਹ ਵੀ ਤਜਵੀਜ਼ ਸਾਹਮਣੇ ਰੱਖੀ ਜਾਂਦੀ ਹੈ ਕਿ ਮਿਨੋਰਿਟੀਜ਼ ਜਿਹੜੀ ਹੈ ਉਹਨਾਂ ਨੂੰ ਸੁਰੱਖਿਅਤ ਨਹੀਂ ਰੱਖਿਆ ਜਾ ਰਿਹਾ, ਕਿਉਂਕਿ ਤਮਾਮ ਜਿਹੜੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ, ਤਮਾਮ ਜਿਹੜੀਆਂ ਖਬਰਾਂ ਪ੍ਰਿੰਟ ਮੀਡੀਆ ਦੇ ਉੱਤੇ, ਤਮਾਮ ਖਬਰਾਂ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਇਹ ਸਾਹਮਣੇ ਆਉਂਦੀਆਂ ਹਨ। ਲੇਕਿਨ ਇਸ ਦੀ ਗੱਲ ਅਗਰ ਕਰੀਏ ਕਿ ਕੇਂਦਰ ਸਰਕਾਰ ਕਿੰਨੀ ਕੁ ਗੰਭੀਰ ਹੈਗੀ ਹੈ ਮਿਨੋਰਿਟੀਜ਼ ਦੇ ਮਸਲਿਆਂ ਨੂੰ ਲੈ ਕੇ, ਅੱਜ ਬੀਜੇਪੀ, ਮੈਂ ਸੁਣ ਰਿਹਾ ਸੀਗਾ ਨਿੱਜੀ ਕਿਸੇ ਚੈਨਲ ਦੇ ਉੱਤੇ, ਜਦ ਬੀਜੇਪੀ ਦੇ ਨੁਮਾਇੰਦਿਆਂ ਤੋਂ ਪੁੱਛਿਆ ਗਿਆ ਸੀਗਾ ਰਾਜੋਆਨਾ ਦੀ ਫਾਂਸੀ ਨੂੰ ਲੈ ਕੇ ਔਰ ਜਿਹੜੀ ਗੱਲ ਰੱਖੀ ਜਾ ਰਹੀ ਹੈ ਕਿ ਉਹਨਾਂ ਦੀ ਫਾਂਸੀ ਨੂੰ ਰੋਕਿਆ ਜਾਏ ਔਰ ਉਮਰ ਕੈਦ ਜਿਹੜੀ ਹੈ ਉਹ ਕਰਾਈ ਜਾਏ, ਤਾਂ ਬੀਜੇਪੀ ਦੇ ਕਈ ਨੁਮਾਇੰਦਿਆਂ ਨੇ ਇਹ ਗੱਲ ਕਹੀ ਕਿ ਫਾਂਸੀ ਜਿਹੜੀ ਹੈ ਉਹ ਨਹੀਂ ਰੋਕਣੀ ਚਾਹੀਦੀ, ਫਾਂਸੀ ਹੈ ਉਹ ਹੋਣੀ ਚਾਹੀਦੀ ਹੈ। ਔਰ ਜਦ ਅਸੀਂ ਉਹਨਾਂ ਨੂੰ ਫੋਨ ਕਰਕੇ ਕੋਸ਼ਿਸ਼ ਕੀਤੀ ਕਿ ਉਹਨਾਂ ਤੋਂ ਸਟੇਟਮੈਂਟ ਅਸੀਂ ਵੀ ਲੈ ਲਈਏ ਤਾਂ ਇਹਨਾਂ ਨੇ ਫਿਲਹਾਲ ਹਜੇ ਮਨਾ ਕਰਤਾ, ਕਿਉਂਕਿ 7 ਦਿਨ ਦੀ ਜਿਹੜੀ ਸ਼ੌਕ ਲਹਿਰ ਇਸ ਟਾਈਮ ਚੱਲ ਰਹੀ ਹੈ ਅਤੇ ਉਸ ਕਰਕੇ ਕਹਿੰਦੇ ਅਸੀਂ ਕੋਈ ਵੀ ਪ੍ਰਤੀਕਰਮ ਹਜੇ ਕਿਸੇ ਵੀ ਮੁਤਲਕ ਨਹੀਂ ਦੇਣਾ ਚਾਹੁੰਦੇ, ਲੇਕਿਨ ਅਸੀਂ ਜ਼ਰੂਰ ਦੇਵਾਂਗੇ। ਅਤੇ ਕੀ ਸਰਕਾਰ ਗੰਭੀਰ ਹੈਗੀ ਹੈ ਇਹਨਾਂ ਮਸਲਿਆਂ ਨੂੰ ਲੈ ਕੇ, ਮੈਂ ਚਾਹਾਂਗਾ ਕਿ ਅੱਜ ਜਿਹੜੇ ਦਰਸ਼ਕ ਮੈਨੂੰ ਦੇਖ ਪਾ ਰਹੇ ਨੇ, ਆਈ ਐਮ ਨੋਟ ਟੇਕਿੰਗ ਐਨੀ ਗੈਸਟ ਔਨ ਦਾ ਸ਼ੋ, ਬਟ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਔਰ ਜੋ ਤੁਸੀਂ ਪ੍ਰਤੀਕਰਮ ਮੈਨੂੰ ਪਹਿਲਾਂ ਵੀ ਦਿੱਤੇ ਸੀਗੇ ਉਹ ਪ੍ਰਤੀਕਰਮ ਬਿਲਕੁਲ ਅਸੀਂ ਸਾਨੂੰ ਲੱਗਦਾ ਅਸੀਂ ਉਹਨੂੰ ਸੋਚਦੇ ਵੀ ਔਰ ਕੋਸ਼ਿਸ਼ ਵੀ ਕਰਦੇ ਹਾਂ ਕਿ ਇਹ ਪ੍ਰਤੀਕਰਮ ਅਸੀਂ ਉਹਨਾਂ ਅਹੁਦੇਦਾਰਾਂ ਨੂੰ ਵੀ ਸੁਣਾਈਏ, ਉਹਨਾਂ ਪੈਰੋਕਾਰਾਂ ਨੂੰ ਵੀ ਸੁਣਾਈਏ, ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਔਰ ਜ਼ਰੂਰ ਪਤਾ ਚੱਲੇ ਕਿ ਜਿਹੜਾ ਇੰਟਰਨੈਸ਼ਨਲ ਪੱਧਰ 'ਤੇ ਬੈਠਾ ਹੋਇਆ ਪੰਜਾਬੀ ਹੈ,
ਜਿਹੜਾ ਸਿੱਖ ਡਾਇਸਪੋਰਾ ਹੈ ਉਹ ਕੀ ਸੋਚਦਾ ਹੈਗਾ, ਕਿਉਂਕਿ ਅਸੀਂ ਕਹਿ ਤਾਂ ਦਿੰਦੇ ਹਾਂ ਕਿ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਔਰ ਜਦ ਜਦ ਸਿੱਖਾਂ ਦਾ ਬੋਲਬਾਲਾ ਹੋਇਆ ਜਾਂ ਜਿੱਥੇ ਜਿੱਥੇ ਸਿੱਖਾਂ ਨੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜਾਂ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉੱਥੇ ਸਰਕਾਰਾਂ ਵੱਲੋਂ ਜਿਹੜਾ ਉਹ ਸਾਥ ਨਹੀਂ ਦਿੱਤਾ ਗਿਆ। ਅੱਜ ਮੈਂ ਚਾਹਾਂਗਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤੁਹਾਨੂੰ ਕੀ ਲੱਗਦਾ ਇਸ ਮੁਤਲਕ। ਕਾਲਸ ਮੈਨੂੰ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਸਟਾਰਟ ਕਰਦੇ ਹਾਂ ਆਪਣੇ ਦਰਸ਼ਕਾਂ ਦੀ ਕਾਲਸ ਲੈਣੀ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕੁਝ ਪ੍ਰਤੀਕਰਮ ਸਾਨੂੰ ਦੇਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਕੀਰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਸਿੰਘ ਭੋਗਲ ਜੀ ਠੀਕ ਹੋ? ਚੜ੍ਹਦੀ ਕਲਾ ਦੁਆਵਾਂ ਨੇ ਤੁਹਾਡੀਆਂ, ਤੁਸੀਂ ਸੁਣਾਓ। ਮੈਂ ਤੇ ਹਰਕੀਰਤ ਸਿੰਘ ਜੀ, ਤੁਸੀਂ ਅੱਜ ਤੁਸੀਂ ਇੱਕ ਜਿਹੜਾ ਹੁਣ ਮੈਂ ਤੇ ਵੈਸੇ ਸੁਣ ਰਿਹਾ ਸੀ, ਮੇਰਾ ਜੀ ਤਾਂ ਕੀਤਾ ਟੈਲੀਫੋਨ ਕਰਨ ਨੂੰ। ਜੀ ਜੀ, ਤੁਸੀਂ ਕਿਹਾ ਵੀ ਤੁਸੀਂ ਇੱਕ ਸਵਾਲ ਕੀਤਾ ਵੀ ਜਿਹੜੇ ਸਾਡੇ ਸਿਆਸਤਦਾਨ ਨੇ ਜਾਂ ਰਾਜਨੀਤਿਕ ਲੋਕ ਨੇ, ਅਹੁਦੇਦਾਰ ਨੇ, ਕਿ ਇਹ ਇਹਨਾਂ ਇਹਨਾਂ ਮਸਲਿਆਂ ਨੂੰ ਗੰਭੀਰ ਲੈਂਦੇ ਨੇ। ਮੈਂ ਇਹਦਾ ਜਵਾਬ ਦੇਣਾ ਚਾਹੁੰਦਾ ਵੀ ਜੇਕਰ ਇਹ ਗੰਭੀਰ ਇਮਾਨਦਾਰੀ ਨਾਲ ਗੰਭੀਰ ਹੁੰਦੇ, ਇਹਨਾਂ ਮਸਲਿਆਂ ਨੂੰ ਸਮਰਪਿਤ ਹੁੰਦੇ, ਲੋਕ ਭਲਾਈ ਨੂੰ ਸਮਰਪਿਤ ਹੁੰਦੇ, ਇਮਾਨਦਾਰੀ ਨੂੰ ਸਮਰਪਿਤ ਹੁੰਦੇ, ਆਪਣੇ ਪਬਲਿਕ ਨੂੰ ਸਮਰਪਿਤ ਹੁੰਦੇ, ਤਾਂ ਆਹ ਹਾਲ ਹੋਣਾ ਹੀ ਨਹੀਂ ਸੀ ਹਿੰਦੁਸਤਾਨ ਦਾ ਜਾਂ ਭਾਰਤ ਦਾ, ਕਿਸੇ ਵੀ ਮੁਲਕ ਦਾ। ਜੀ, ਸਮਝ ਗਏ ਨਾ? ਜੇ ਜਦੋਂ ਇਹ ਇਮਾਨਦਾਰ ਜਦੋਂ ਇਹ ਸਮਰ ਇਹ ਹੈ ਹੀ ਨਹੀਂ, ਇਹ ਗੰਭੀਰ ਸੀਰੀਅਸ ਹੈ ਹੀ ਨਹੀਂ, ਤੇ ਫਿਰ ਤਾਂਹੀਓ ਇਹ ਸਾਰਾ ਕੁਝ ਹੋ ਰਿਹਾ ਜੀ, ਹੈ ਕਿ ਨਹੀਂ? ਜੇ ਜੇ ਜੇਕਰ ਇਹ ਵਾਕਿਆ ਹੀ ਇਹ ਗੰਭੀਰ ਹੋਣ, ਤੇ ਫਿਰ ਇਹਨਾਂ ਜਿਹਨਾਂ ਮੁਲਕਾਂ 'ਚ ਅਸੀਂ ਬੈਠੇ, ਇੱਦਾਂ ਦਾ ਮੁਲਕ ਨਾ ਉਹ ਹੋ ਜਾਏ। ਜੀ ਜੀ ਜੀ, ਹੈ ਨਾ ਜੀ? ਤੇ ਇਸ ਕਰਕੇ ਮੈਂ ਭਾਈ ਸਾਰਿਆਂ ਆਪਣੇ ਭੈਣਾਂ ਭਰਾਵਾਂ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਮੈਂ ਤਾਂ ਬੇਨਤੀ ਕਰਦਾ ਇੱਕ ਸ਼ੇਅਰ ਦੇ ਵਿੱਚ, ਸਿਰਫ ਇੱਕ ਸ਼ੇਅਰ ਦੇ ਵਿੱਚ, ਚਾਰ ਲਾਈਨਾਂ ਦੇ ਵਿੱਚ, ਕਿਉਂਕਿ ਕਈ ਵੀਰ ਕਹਿੰਦੇ ਜੀ ਉਹਨਾਂ ਨੂੰ ਪਤਾ ਨਹੀਂ ਵਾਹਿਗੁਰੂ ਜਾਣਦਾ ਕੀ ਗੱਲ ਵਾ, ਵੀ ਜੋਸ਼ ਵਿੱਚ ਆ ਕਦੇ ਹੋਸ਼ ਨਾ ਗੁਆਈਏ ਜੀ, ਜੋਸ਼ ਵਿੱਚ ਆ ਕਦੇ ਹੋਸ਼ ਨਾ ਗਵਾਈਏ, ਲੀਡਰਾਂ ਦੇ ਕੱਖੋਂ ਹੌਲੇ ਲਾਰਿਆਂ ਤੋਂ ਬਚੀਏ, ਪਿਆਰ ਦੀਆਂ ਪਿੰਗਾਂ ਪਾ ਰੋਲ ਦੇਣ ਪੱਤ ਜਿਹੜੇ ਇਹੋ ਜਿਹੇ ਆਪਣੇ ਪਿਆਰਿਆਂ ਤੋਂ ਬਚੀਏ ਜੀ, ਜੋਸ਼ ਵਿੱਚ ਆ ਕਦੇ ਹੋਸ਼ ਨਾ ਗਵਾਈਏ, ਲੀਡਰਾਂ ਦੇ ਕੱਖੋਂ ਹੌਲੇ ਲਾਰਿਆਂ ਤੋਂ ਬਚੀਏ, ਪਿਆਰ ਦੀਆਂ ਪਿੰਗਾਂ ਪਾ ਰੋਲ ਦੇਣ ਪੱਤ ਜਿਹੜੇ ਇਹੋ ਜਿਹੇ ਆਪਣੇ ਪਿਆਰਿਆਂ ਤੋਂ ਬਚੀਏ, ਬਈ ਹਾਸਿਆਂ ਦੇ ਪਿੱਛੇ ਕਈ ਹਾਦਸੇ ਛੁਪਾਏ ਹੁੰਦੇ ਜੀ, ਹਾਸਿਆਂ ਦੇ ਪਿੱਛੇ ਕਈ ਹਾਦਸੇ ਛੁਪਾਏ ਹੁੰਦੇ, ਹਰ ਵੇਲੇ ਉਹਨਾਂ ਹਥਿਆਰਿਆਂ ਤੋਂ ਬਚੀਏ, ਉਹ ਜ਼ਿੰਦਗੀ ਦਾ ਮੁੱਲ ਭੋਗਲ ਭੋਰਾ ਵੀ ਨਾ ਪਾਉਣ ਜਿਹੜੇ, ਇਹੋ ਜਿਹੇ ਕੋਝਿਆਂ ਦੇ ਕਾਰਿਆਂ ਤੋਂ ਬਚੀਏ, ਬਈ ਜ਼ਿੰਦਗੀ ਦਾ ਮੁੱਲ ਭੋਗਲ ਭੋਰਾ ਵੀ ਨਾ ਪਾਉਣ ਜਿਹੜੇ, ਇਹੋ ਜਿਹੇ ਕੋਝਿਆਂ ਦੇ ਕਾਰਿਆਂ ਤੋਂ ਬਚੀਏ, ਯਾਰੋ ਇਹੋ ਜਿਹੇ ਕੋਝਿਆਂ ਦੇ ਕਾਰਿਆਂ ਤੋਂ ਬਚੀਏ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ। ਜੀ ਜੀ ਜੀ, ਇਸ ਕੋਈ ਸੀਰੀਅਸ ਨਹੀਂ, ਕੋਈ ਸੰਗੀਤ ਬਿਲਕੁਲ ਨਹੀਂ ਲੈਂਦੇ ਇਹ ਸੀਰੀਅਸਲੀ। ਜੀ 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 ਜੀ, ਅਤੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਇਹ ਸਿਰਫ ਪੋਲੀਟੀਕਲ ਪਾਵਰ ਨੂੰ ਗੇਨ ਕਰਨ ਦੇ ਲਈ, ਫਿਰ ਕਿਉਂ ਜਿਹੜੇ ਵੱਖ ਵੱਖ ਇਹ ਪਾਰਟੀਆਂ ਹਨ ਜਿਹੜੀ ਕਹਿੰਦੀਆਂ ਕਿ ਅਸੀਂ ਪਹਿਰੇਦਾਰੀ ਕਰਦੇ ਹਾਂ ਜਦ ਕੌਮ ਦੇ ਮਸਲੇ ਆਉਂਦੇ ਹਨ ਔਰ ਉਹਨਾਂ ਦੇ ਉੱਤੇ ਅਸੀਂ ਗੰਭੀਰ? ਉਹਦਾ ਜਵਾਬ ਮੈਂ ਅੱਗੇ ਵੀ ਦਿੱਤਾ ਅਤੇ ਅੱਜ ਫਿਰ ਤੁਸੀਂ ਮੈਨੂੰ ਹੁਣ ਪੁੱਛ ਲਿਆ, ਮੈਂ ਫੇਰ ਦਿੰਦਾ ਜੀ। ਉਹ ਹਰਕੀਰਤ ਸਿੰਘ ਜੀ, ਉਹ ਤਾਂ ਹੋ ਰਿਹਾ ਜਿਹੜੀ ਤੁਸੀਂ ਹੁਣ ਮੈਨੂੰ ਸਵਾਲ ਕੀਤਾ, ਕਿਉਂਕਿ ਜਦੋਂ ਲੋਕ ਜਾਂ ਅਹੁਦੇਦਾਰ ਕਹਿ ਲਓ ਜਾਂ ਕਾਰਕੁਨ ਕਹਿ ਲਓ ਕਿਸੇ ਧੜੇ ਨਾਲ ਜੁੜੇ ਹੁੰਦੇ ਨਾ, ਧੜੇ ਨਾਲ, ਉਹ ਧਰਮ ਤੋਂ ਬਹੁਤ ਦੂਰ ਹੋ ਜਾਂਦੇ ਨੇ। ਜਿਹੜੇ ਧਰਮ ਨਾਲ ਜੁੜੇ ਹੁੰਦੇ ਨੇ ਉਹਦੇ ਉਹਨਾਂ ਵਿੱਚ ਇਮਾਨਦਾਰੀ ਹੁੰਦੀ ਆ, ਇਨਸਾਨੀਅਤ ਹੁੰਦੀ, ਇਖਲਾਕ ਹੁੰਦਾ, ਤੇ ਉਹਨਾਂ ਵਿੱਚ ਸਹਿਣਸ਼ੀਲਤਾ ਹੁੰਦੀ ਆ, ਜੀ ਜੀ, ਉਹਨਾਂ ਵਿੱਚ ਲੋਕ ਭਲਾਈ ਦੀ ਸੋਚ ਹੁੰਦੀ ਆ। ਇਹ ਧਰਮ ਦੀ ਡੈਫੀਨੇਸ਼ਨ ਵਾ, ਕਿਉਂਕਿ ਇਹ ਧਰਮ ਤੋਂ ਤੁਸੀਂ ਸਵਾਲ ਪੁੱਛਿਆ, ਕਿਉਂਕਿ ਇਹ ਕਿਉਂ ਕਰਦੇ ਨੇ, ਇਸ ਕਰਕੇ ਕਰਦੇ ਨੇ ਕਿ ਇਹ ਧੜਿਆਂ ਦੇ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਧੜਾ ਪਿਆਰਾ, ਧਰਮ ਬਿਲਕੁਲ ਨਹੀਂ ਪਿਆਰਾ, ਕਿਉਂਕਿ ਜੇ ਧਰਮ ਪਿਆਰਾ ਹੋਵੇ ਤਾਂ ਉਹਨਾਂ ਨੂੰ ਇਹ ਚੀਜ਼ਾਂ ਪਿਆਰੀਆਂ ਲੱਗਣੀ ਚਾਹੀਦੀਆਂ ਜਿਹੜੀ ਮੈਂ ਹੁਣ ਕਹਿ ਕੇ ਹਟੀਆਂ, ਜਿਹੜੀ ਧਰਮ ਦੇ ਵਿੱਚ ਹੋਣੀਆਂ, ਇਮਾਨਦਾਰੀ, ਇਨਸਾਨੀਅਤ, ਇਖਲਾਕ ਤੇ ਸਹਿਣਸ਼ੀਲਤਾ। ਜੀ, ਤੁਹਾਡੇ ਸਵਾਲ ਦਾ ਇਹ ਜਵਾਬ ਵਾ, ਕਿਉਂਕਿ ਇਹ ਸਿਰਫ ਸਿਆਸਤ ਕਰਦੇ ਨੇ, ਪੋਲਿਟਿਕਸ ਕਰਦੇ ਨੇ, ਇਹਨਾਂ ਨੇ ਧਰਮ ਤੋਂ ਕੁਝ ਨਹੀਂ ਲੈਣਾ। ਜੇ ਧਰਮ ਨਾਲ ਜੁੜੇ ਹੁੰਦੇ ਤੇ ਆਪਣੇ ਹਰਕੀਰਤ ਸਿੰਘ ਜੀ ਤੇ ਉਹ ਦੁਨੀਆਂ ਦਾ ਉੱਥੇ ਦਾ ਹੁਲੀਆ ਹੋਰ ਹੋਣਾ ਸੀ ਕੁਝ। ਉਹੀ ਤਾਂ ਸਵਾਲ ਸਾਹਮਣੇ ਆਉਂਦਾ ਕਿ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਜੀ ਅਸੀਂ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਦੇਖੋ ਜੀ ਰਾਜਨਾਥ ਸਿੰਘ ਨੂੰ ਜਾ ਕੇ ਮਿਲੇ ਹਾਂ ਔਰ ਹੁਣ ਫਾਸਟ ਟਰੈਕ ਕੋਰਟ ਹੈ ਉਹਦਾ ਨਿਰਮਾਣ ਹੋ ਗਿਆ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਹੈ, ਕਾਲੀ ਸੂਚੀ ਖਤਮ ਹੋ ਗਈ, ਕਹਿਣ ਦਾ ਉਹਨਾਂ ਦਾ ਭਾਵ ਹੁੰਦਾ ਕਿ ਅਸੀਂ ਭਾਈਵਾਲ ਹਾਂ ਤਾਂ ਕਰਕੇ ਇਹ ਕੰਮ ਹੋ ਰਿਹਾ। ਜਿਹੜੀਆਂ ਬਹੁਤ ਸਾਰੇ ਉੱਥੇ ਦੇ ਜਿੰਨੀਆਂ ਪਾਰਟੀਆਂ ਨੇ ਸਾਰੇ ਕਹਿੰਦੇ ਹੀ ਨੇ ਨਾ, ਪਰ ਕਹਿਣੀ ਤੇ ਕਰਨੀ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ।
ਬਸ ਮੈਂ ਤੇ ਇੰਨੇ ਕਹਿਣਾ ਹਰਕੀਰ ਸਿੰਘ ਜੀ ਤੇ ਵਾਹਿਗੁਰੂ ਸਾਡਾ ਸਾਡਾ ਭਾਈ ਮੈਂ ਤੇ ਕਹਿੰਦਾ ਉਹਨੇ ਸਾਡਾ ਰੱਬ ਰਾਖਾ। ਅੱਛਾ ਇੱਕ ਮੈਂ ਪੋਗਲ ਜੀ ਇੱਕ ਤੁਹਾਡੇ ਤੋਂ ਹੋਰ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਸਾਡੇ ਬਹੁਤ ਜ਼ਿਆਦਾ ਬੁੱਧੀਜੀਵੀ ਹੋ ਔਰ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਹਾਨੂੰ ਲੱਗਦਾ ਕਿ ਸਾਡੀ ਸਾਡੀ ਕੌਮ ਨੂੰ ਲੋੜ ਹੈ? ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ, ਦੇਖੋ ਅੱਜ ਅਸੀਂ ਦਾਅਵੇਦਾਰੀ ਠੋਕਦੇ ਹਾਂ ਕੈਨੇਡਾ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਅਹੁਦੇ ਦੀ, ਅੱਜ ਸਾਡਾ ਇੱਕ ਸਿੱਖ ਭਰਾ ਡਿਫੈਂਸ ਮਿਨਿਸਟਰ ਹੈਗਾ, ਅੱਜ ਵੱਖ ਵੱਖ ਯੂਕੇ ਦੀ ਗੱਲ ਕਰ ਲਈਏ, ਯੂਰੋਪ ਦੀ ਗੱਲ ਕਰ ਲਈਏ, ਤਾਂ ਵੱਖ ਵੱਖ ਆਰਗਨਾਈਜੇਸ਼ਨ ਦੇ ਵਿੱਚ ਅਹੁਦੇਦਾਰ ਸਾਡੇ ਭਰਾ ਨੇ ਜੋ ਕਿ ਸਾਡਾ ਮਾਣ ਵਧਾਉਂਦੇ ਨੇ, ਤੁਹਾਨੂੰ ਲੱਗਦਾ ਕਿ ਸਾਨੂੰ ਲੋੜ ਹੈਗੀ ਹੈ ਇੱਕ ਸਿੱਖ ਲੀਡਰ ਦੀ ਪੰਜਾਬ ਦੇ ਵਿੱਚ? ਇੱਕ ਸਾਨੂੰ ਅਜਿਹਾ ਲੀਡਰ ਚਾਹੀਦਾ ਜੋ ਕਿ ਤੁਹਾਡੇ ਹਿਸਾਬ ਨਾਲ ਜੋ ਤੁਸੀਂ ਢੂੰਡ ਰਹੇ ਹੋ ਆਪਣੇ ਲੀਡਰ ਦੇ ਵਿੱਚ ਉਹ ਹੋਣਾ ਚਾਹੀਦਾ? ਹਰਕੀਰ ਸਿੰਘ ਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਕਿਹਾ, ਆਹੀ ਤਾਂ ਗੱਲ ਸਾਰੇ ਕਹਿ ਰਹੇ ਨੇ ਕਿ ਸਾਡੇ ਕੋਲ ਲੀਡਰਸ਼ਿਪ ਨਹੀਂ ਹੈ, ਸੁਹਿਰਦ ਲੀਡਰਸ਼ਿਪ, ਉਹ ਲੀਡਰਸ਼ਿਪ ਜਿਹਦੇ ਜਿਹਨਾਂ ਦੇ ਮਨਾਂ ਵਿੱਚ ਇਹ ਹੋਵੇ ਕਿ ਪੰਥ ਵਸੇ ਮੈਂ ਉਜੜਾਂ ਵਾਲੀ ਸੋਚ ਹੋਵੇ, ਉਹ ਸੋਚ ਨਹੀਂ ਹੈ ਹਰਕੀਰ ਸਿੰਘ ਜੀ। ਇੱਦਾਂ ਦਾ ਇੱਦਾਂ ਇੱਦਾਂ ਦੇ ਇੱਦਾਂ ਦੀ ਲੀਡਰਸ਼ਿਪ ਜੇ ਹੋਵੇ ਜੇ ਪੰਜਾਬ ਨੂੰ ਮਿਲ ਜਾਏ ਜਿਹਨਾਂ 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 ਦੇ ਵਿੱਚ ਪੰਥ ਵਸੇ ਮੈਂ ਉਜੜਾਂ ਦੀ ਸੋਚ, ਸਿਰਫ ਸੋਚ ਨਾ ਹੋਵੇ ਸੋਚ ਪ੍ਰਚੰਡ ਹੋ ਚੁੱਕੀ ਹੋਵੇ। ਜਦੋਂ ਪ੍ਰਚੰਡ ਹੁੰਦੀ ਉਹਦਾ ਮਤਲਬ ਹੁੰਦਾ ਲਾਂਬੂ, ਜਦੋਂ ਅੱਗ ਛੋਟੀ ਜਿਹੀ ਹੁੰਦੀ ਹੈ ਜਦੋਂ ਲਾਂਬੂ ਲੱਗਦਾ ਉਹਨੂੰ ਪ੍ਰਚੰਡ ਕਹਿੰਦੇ, ਅੱਗ ਪ੍ਰਚੰਡ ਹੋ ਗਈ। ਇਹ ਜਦੋਂ 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 ਪੰਥ ਵਸੇ ਮੈਂ ਉਜੜਨ ਦੀ ਸੋਚ ਪ੍ਰਚੰਡ ਵਾਲੇ ਲੀਡਰਸ਼ਿਪ ਮਿਲ ਗਈ ਤੇ ਆਹ ਸਾਰਾ ਕੁਝ ਠੀਕ ਹੋ ਜਾਏਗਾ ਕਿ ਇਹ ਕੁਦਰਤ ਦਾ ਇਹ ਨਿਯਮ ਹੈ ਜੀ, ਕਿਉਂਕਿ ਉਸ ਸੋਚ ਵਾਲੇ ਲੀਡਰ ਨਹੀਂ ਹਨ। ਆਇਆ ਤੁਹਾਡੇ ਸਵਾਲ ਦਾ ਜਵਾਬ ਜੀ 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 ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਭੋਗਲ ਜੀ। ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੀ ਵੀ ਗੱਲ ਜਾਣ ਲਈ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸੁਣ ਪਾ ਰਹੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ ਲੰਡਨ ਤੋਂ ਬੋਲਦਾ। ਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਤੁਸੀਂ ਠੀਕ ਕਿਹਾ ਕਿ ਜਿਹੜੇ ਥੱਲੇ ਮੋਦੀ ਆਇਆ ਸੀਗਾ ਉਹਨਾਂ ਨੇ ਪ੍ਰੋਮਿਸ ਕੀਤੇ ਸੀਗੇ, ਬਹੁਤ ਸਾਰੀਆਂ ਗੱਲਾਂ ਦੇ ਪ੍ਰੋਮਿਸ ਕੀਤੇ ਸੀਗੇ ਜੀ, ਤੇ ਇਹ ਸਿੱਖਾਂ ਦੇ ਬਾਰੇ ਵੀ ਪ੍ਰੋਮਿਸ ਕੀਤਾ, 384 ਦਾ ਵੀ ਮਸਲਾ ਜਿਹੜਾ ਹੱਲ ਕਰਾਂਗੇ ਜੀ, ਪਰ ਜਿਸ ਵੇਲੇ ਇਲੈਕਸ਼ਨ ਨਿਕਲ ਜਾਂਦਾ ਫਿਰ ਉਹ ਸਭ ਜਿਹੜੇ ਨਾ ਪ੍ਰੋਮਿਸ ਭੁੱਲ ਜਾਂਦੇ ਆ ਜੀ, ਤੇ ਸਿਰਫ ਉਹ ਵੋਟਾਂ ਦੀ ਖਾਤਰ ਹੁੰਦਾ। ਹੁਣ ਜਿਹੜਾ ਹੈਗਾ ਆ ਮਸਲਾ ਕਾਫੀ ਇਹ ਹੌਟ ਜਿਹੜੀ ਨਾ ਉਹ ਸਟੇਜ ਤੇ ਪਹੁੰਚਿਆ, ਕੀਪਿੰਗ ਇਨ ਵਿਊ ਕਿ ਜਿਹੜੀ ਪਿਛਲੀ ਪਰਫੋਰਮੈਂਸ ਸੀਗੀ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀਆਂ ਦੀ ਉਹ ਬਹੁਤ ਪੂਅਰ ਸੀਗੀ ਜੀ, ਦੈਟ ਵਾਜ ਲਾਈਕ ਨਿਲ। ਹੁਣ ਉਹਨਾਂ ਨੂੰ ਖਤਰਾ ਹੈਗਾ ਦੋਹਾਂ ਪਾਰਟੀਆਂ ਨੂੰ ਹੀ, ਬੀਜੇਪੀ ਤੇ ਅਕਾਲੀਆਂ ਨੂੰ ਵੀ, ਕਿ ਜੇ ਅਸੀਂ ਕੁਛ ਨਾ ਕੀਤਾ ਉਹਨਾਂ ਦੀ ਫਿਰ ਹਾਲਤ ਉਹੀ ਹੋਏਗੀ ਜੀ। ਸਿਰਫ ਕੋਈ ਕੋਈ ਕਿਸੇ ਮਤਲਬ ਸਿੱਖਾਂ ਦੇ ਨਾਲ ਆਸਾਨੀ ਪੁੱਤੀ ਕਰਕੇ ਨਹੀਂ, ਕਿ ਉਹਨਾਂ ਨੂੰ ਹੁਣ ਆਪਣੇ ਇਲੈਕਸ਼ਨ ਦੇ ਵਾਸਤੇ ਜੀ ਇਹ ਕਦਮ ਚੁੱਕਿਆ ਹੈਗਾ ਜੀ, ਔਰ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਥੋੜ੍ਹੀ ਜਿਹੀ ਸਕਸੈਸ ਹੋਏਗੀ ਸਾਨੂੰ, ਕਿਉਂਕਿ ਜੇ ਕੁਛ ਨਾ ਕੀਤਾ ਤਾਂ ਉਹਨਾਂ ਨੂੰ ਹੋਰ ਵੀ ਸੈਟਬੈਕ ਬਹੁਤ ਹੋਏਗੀ, ਕ੍ਰੈਡਿਟ ਜਿਹੜਾ ਅਦਰਵਾਈਜ਼ ਦੂਸਰੇ ਕਾਂਗਰਸ ਕਹੇਗੀ ਅਸੀਂ ਕ੍ਰੈਡਿਟ ਲੈਂਦੇ ਹਾਂ, ਆਮ ਪਾਰਟੀ ਕਹੇਗੀ ਉਹਨਾਂ ਦੀ ਕੋਈ ਮੁੱਦਾ ਆ ਜਾਏਗਾ ਇਸਦਾ ਜੀ, ਉਹ ਦਿਖਾਉਣਗੇ। ਉਸ ਤੋਂ ਪਹਿਲਾਂ ਇਹ ਬੀਜੇਪੀ ਤੇ ਅਕਾਲੀ ਦਲ ਇਹਦੇ ਇਸ ਮਾਮਲੇ ਤੇ ਕੁਛ ਨਾ ਕੁਛ ਜ਼ਰੂਰ ਕਰਨਗੇ ਮੇਰਾ ਵਿਚਾਰ ਜੀ 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 ਜੇ ਤੁਹਾਨੂੰ ਲੱਗਦਾ ਕਿ ਹੁਣ 2019 ਦੀਆਂ ਲੋਕ ਸਭਾ ਨੇੜੇ ਹਨ ਔਰ ਅਕਾਲੀ ਦਲ ਵੀ ਹੁਣ ਜਾ ਕੇ ਤਗੜਾ ਹੋਇਆ, ਹੁਣ ਜਾ ਕੇ ਦਿੱਲੀ ਦੇ ਗੇੜੇ ਮਾਰਨੇ ਸ਼ੁਰੂ ਹੋਇਆ, ਜੇ ਇਹ ਗੇੜੇ ਸ਼ੁਰੂ ਤੋਂ ਹੀ ਲੱਗਦੇ ਤਾਂ ਸ਼ਾਇਦ ਕਿਤੇ ਨਾ ਕਿਤੇ ਹੁਣ ਤੱਕ ਮਸਲਾ ਸੋਲਵ ਹੋ ਗਿਆ ਹੁੰਦਾ। ਨਹੀਂ ਪਹਿਲਾਂ ਉਹ ਦੇਖ ਲੈਂਦੇ ਨਾ ਕਿ ਲਿੰਗ ਰੌਣ ਕਿਸ ਤਰ੍ਹਾਂ ਹੋਈ ਸਕਦਾ ਜੀ, ਜਿਹੜਾ ਨਾ ਅੱਛਾ ਇੱਕ ਗੱਲ ਹੋਰ ਹੈ ਜਸਪਾਲ ਜੀ, ਇੱਕ ਮਸਲਾ ਤੇ ਹੋਰ ਵੀ ਬਣਦਾ ਕਿ ਦੇਖੋ ਹੁਣ ਅਗਰ ਅਕਾਲੀ ਦਲ ਚਾਹੇ ਤਾਂ ਕਰ ਸਕਦਾ ਹੈ ਗੱਲ ਵੀ, ਕਿ ਅਸੀਂ ਲੰਬੇ ਸਮੇਂ ਤੋਂ ਇਹ ਵੀ ਮੰਗ ਕਰਦੇ ਆ ਰਹੇ ਹਾਂ ਕਿ ਆਰਟੀਕਲ 25B ਦੇ ਵਿੱਚ ਸੰਸ਼ੋਧਨ ਕੀਤਾ ਜਾਏ, ਅਮੈਂਡਮੈਂਟ ਕੀਤਾ ਜਾਏ, ਤਾਂ ਪਹਿਲਾਂ ਅਕਾਲੀ ਦਲ ਇਹ ਲਾਰੇ ਲਾਉਂਦਾ ਰਿਹਾ ਕਿ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਲਾਰੇ ਲਾਉਂਦੇ ਰਹੇ ਕਿ ਅਸੀਂ ਬਹੁਮਤ ਨਹੀਂ ਹੈਗੀ ਸਾਡੀ ਪਾਰਲੀਮੈਂਟ ਦੇ ਵਿੱਚ, ਲੇਕਿਨ ਹੁਣ ਬਹੁਮਤ ਪੂਰੀ ਹੈਗੀ ਹੈ,
ਭਾਈਵਾਲ ਹੈਗਾ ਅਕਾਲੀ ਦਲ ਤਾਂ ਪ੍ਰੈਸ਼ਰ ਕ੍ਰੀਏਟ ਕਰ ਸਕਦਾ ਬੀਜੇਪੀ ਨੂੰ ਕਿ ਇਹ ਸੰਸ਼ੋਧਨ ਵੀ ਕੀਤਾ ਜਾਏ ਆਰਟੀਕਲ 25B ਦੇ ਵਿੱਚ, ਸਿੱਖਾਂ ਨੂੰ ਇੱਕ ਵੱਖਰੀ ਕੌਮ ਐਲਾਨਿਆ ਜਾਏ ਭਾਰਤ ਦੇ ਵਿੱਚ? ਪਰ ਉਹ ਠੀਕ ਹੈ ਨਾ, ਉਹ ਪ੍ਰੈਸ਼ਰ ਪਾ ਸਕਦੇ ਆ ਜੀ, ਅਕਾਲੀ ਇੰਨਾ ਇੰਨਾ ਜ਼ੋਰਦਾਰ ਪ੍ਰੈਸ਼ਰ ਨਹੀਂ ਪਾ ਸਕਦੇ ਜੀ, ਕਿਉਂਕਿ ਦੂਸਰੇ ਪਾਸੇ ਜੀ ਉਹਨਾਂ ਨੇ ਆਪਣੀ ਦੂਸਰੀ ਜਿਹੜੀ ਹਿੰਦੂ ਕਮਿਊਨਿਟੀ ਆ ਜੀ, ਉਸ ਨੂੰ ਵੀ ਨਾਰਾਜ਼ ਨਹੀਂ ਕਰਨਾ ਨਾ ਜੀ। ਦੂਸਰੇ ਪਾਸੇ ਇਹ ਵੀ ਦੇਖੋ ਨਾ ਤੁਸੀਂ, ਜੇ ਇਹ ਪ੍ਰੈਸ਼ਰ ਪਾਉਣਗੇ ਕਿਸੇ ਹੱਦ ਤੱਕ ਤਾਂ ਅਕਾਲੀਆਂ ਦੇ ਨਾਲ ਉਹ ਜੀ ਹੋਣਗੇ ਜੀ, ਮਗਰ ਕਿਸੇ ਹੱਦ ਤੋਂ ਜ਼ਿਆਦਾ। ਚਲੋ ਹੁਣ ਕਿੱਥੇ ਵੱਖ ਵੱਖ ਸਟੇਟਾਂ ਦੇ ਵਿੱਚ, ਸੂਬਿਆਂ ਦੇ ਵਿੱਚ ਹਿੰਦੂ ਮੈਰਿਜ ਐਕਟ ਦੇ ਹਿਸਾਬ ਨਾਲ ਜਿਹੜਾ ਹੁਣ ਮੈਰਿਜ ਸਰਟੀਫਿਕੇਟ ਨਹੀਂ ਮਿਲਦਾ, ਹੁਣ ਤੁਹਾਨੂੰ ਆਨੰਦ ਮੈਰਿਜ ਐਕਟ ਦੇ ਹਿਸਾਬ ਨਾਲ ਮਿਲਦਾ, ਇਹ ਵੀ ਇੱਕ ਲੰਬੀ ਲੜਾਈ ਜਿਹੜੀ ਹੈ 1909 ਤੋਂ ਲੈ ਕੇ ਚੱਲਦੀ ਆ ਰਹੀ ਸੀਗੀ। ਜਦ ਇਹ ਹੋ ਸਕਦਾ ਤਾਂ ਕਿੱਥੇ ਨਾ ਕਿੱਥੇ ਇਹ ਵੀ ਜੰਗ ਲੜੀ ਜਾ ਸਕਦੀ ਹੈ ਕਿ ਅਗਰ ਅਸੀਂ ਇਸ ਮੁਤਲਕ ਵੀ ਸੋਚੀਏ ਕਿ ਅਮੈਂਡਮੈਂਟ ਕੀਤੀ ਜਾਏ ਆਰਟੀਕਲ 25B ਦੇ ਵਿੱਚ ਜਿੱਥੇ ਹਿੰਦੂਇਜ਼ਮ ਦਾ ਪਾਰਟ ਅੱਜ ਵੀ ਸਿੱਖਾਂ ਨੂੰ ਦੱਸਿਆ ਜਾਂਦਾ ਹੈ, ਅਗਰ ਉਹ ਲੜਾਈ ਵੀ ਜੀ ਇਹਨਾਂ ਤੋਂ ਅਸੀਂ ਹੋਪ ਕਰ ਸਕਦੇ ਆ ਜੀ, ਪ੍ਰੈਸ਼ਰ ਪਾ ਸਕਦੇ ਆ ਜੀ, ਜਿੱਥੇ ਮਤਲਬ ਹਿੰਦੂ ਐਕਟ ਆਉਂਦਾ ਹੈਗਾ ਜੀ, ਸਿੱਖ ਮੈਰਿਜ ਐਕਟ ਚਲਾਇਆ ਜਾ ਰਿਹਾ ਜੀ ਜੀ ਜੀ, ਪਾਕਿਸਤਾਨ ਨੇ ਕੀਤਾ ਹੈਗਾ, ਤੁਸੀਂ ਦੇਖੋ ਕਿ ਉਧਰ ਉਹਨਾਂ ਨੇ ਸਿੱਖ ਜਿਹੜੇ ਮੈਰਿਜ ਹੈ ਉਹ ਰੈਕਗਨਾਈਜ਼ ਕੀਤੇ ਆ ਜੀ ਐਕਟ ਦੇ ਮੁਤਾਬਕ ਜੀ ਜੀ ਜੀ। ਔਰ ਸਭ ਤੋਂ ਵੱਡੀ ਗੱਲ, UK ਦੇ ਵਿੱਚ ਹੁਣ ਕੈਟੇਗਰੀ ਬਣਾਤੀ ਗਈ ਹੈ, ਹੁਣ ਜਦ ਮਰਦਸ਼ੁਮਾਰੀ ਹੋਏਗੀ ਤਾਂ ਉਹਦੇ ਵਿੱਚ ਇੱਕ ਕੈਟੇਗਰੀ ਸਪੈਸ਼ਲੀ ਸਿੱਖਾਂ ਨੂੰ ਦਿੱਤੀ ਗਈ ਹੈ, ਤਾਂ ਕਿਤੇ ਨਾ ਕਿਤੇ ਉਹ ਦੂਜੇ ਮੁਲਕ ਸਮਝ ਪਾ ਰਹੇ ਨੇ ਭਾਵਨਾਵਾਂ ਨੂੰ, ਸੈਂਟੀਮੈਂਟਸ ਨੂੰ, ਸਾਡੇ ਵਿਚਾਰਾਂ ਨੂੰ, ਸਾਡੀ ਆਈਡੀਓਲੋਜੀ ਨੂੰ, ਤਾਂ ਜ਼ਰੂਰਤ ਹੈਗੀ ਕਿ ਜਿੱਥੇ ਸਾਡੀ ਪੈਦਾਇਸ਼ ਹੈਗੀ ਹੈ, ਜਿੱਥੇ ਅਸੀਂ ਜਨਮੇ ਹਾਂ, ਉਹ ਮੁਲਕ ਵੀ ਸਮਝੇ, ਭਾਰਤ ਵੀ ਸਮਝੇ, ਕੇਂਦਰ ਸਰਕਾਰ ਵੀ ਸਮਝੇ ਅਜਿਹੇ ਸੈਂਟੀਮੈਂਟਸ ਨੂੰ। ਬਹੁਤ ਜ਼ਿਆਦਾ ਇਹ ਸੋਚਣ ਦੀ ਜ਼ਰੂਰਤ ਹੈਗੀ। ਥੈਂਕ ਯੂ ਵੈਰੀ ਮੱਚ ਜਸਪਾਲ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਥੈਂਕ ਯੂ ਜੀ। ਮੈਂ ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ, ਮੈਂ ਚਾਹੁੰਦਾ ਕਿ ਉਹ ਕਾਲਰ ਜੋ ਸਾਨੂੰ ਵੇਖ ਪਾ ਰਹੇ ਨੇ, ਜਿਨ੍ਹਾਂ ਨੇ ਕਾਫੀ ਸਾਰੀ ਕਾਲਸ ਕਰ ਰਹੇ ਸੀਗੇ ਲੇਕਿਨ ਵਿੱਚ ਕਾਲ ਤੁਹਾਡੀ ਕੱਟ ਗਈ, ਤਾਂ ਤੁਸੀਂ ਕਾਲ ਕਰੋ। ਕਈ ਸਾਡੇ ਕਾਲਰਸ ਦੀ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ ਅਸੀਂ ਫੋਨ ਚੱਕਦੇ ਨਹੀਂ, ਤੁਸੀਂ ਫੋਨ ਨੂੰ ਕਰਕੇ ਕੱਟਿਆ ਨਾ ਕਰਿਓ, ਉਹਨਾਂ ਨੂੰ ਤੁਸੀਂ ਹੋਲਡ ਦੇ ਵਿੱਚ ਪਾ ਦਿਆ ਕਰੋ, ਇੱਥੇ ਮੈਂ ਕਿਊ ਦੇ ਵਿੱਚ ਪਾ ਦਾਂਗਾ, ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਲਦ ਤੋਂ ਜਲਦ ਤੁਹਾਡੀ ਕਾਲਸ ਵੀ ਲਵਾਂ। ਮਿਲਦੇ ਹਾਂ ਇਸ ਬ੍ਰੇਕ ਤੋਂ ਉਸ ਪਾਰ।